ਕੀ ਜਿਹਦੇ ਕਿਰਚਾ ਵਜੀ ਕੌਣ ਹੋ? ਮੇਰੇ ਹਸਬੰਡ ਹੈ। ਕੀ ਨਾਮ ਉਹਨਾਂ ਦਾ? ਅਰੁਣ ਕੁਮਾਰ। ਕੀ ਗੱਲ ਕੀ ਹੋਈ ਜੀ? ਗੱਲ ਕੁਛ ਨਹੀਂ, ਇਹਦੇ ਆਪਣੇ ਘਰ ਆਉਂਦੇ ਵੀ ਸੀ, ਇਹਨਾਂ ਨੇ ਬਸ ਉਹਨੇ ਮੁੰਡੇ ਨੂੰ, ਇਹ ਮੁੰਡਾ ਨਾ ਪਿੱਛੋਂ ਲੜਦਾ ਆਇਆ ਕਿਤੇ ਮਾਤਾ ਜੀ ਨਾਲ, ਅਤੇ ਇਹ ਬੋਲਦੇ ਵੀ ਕਿ ਹਾਂ ਵੀ ਕੌਣ ਆ ਤੂੰ, ਕਹਿੰਦੇ ਮੈਂ, ਕਹਿੰਦਾ ਤੂੰ ਕੌਣ ਆ, ਕਹਿੰਦਾ ਮੈਂ ਤਾਂ ਆਪਣੇ ਘਰ ਚੱਲਾਂ, ਮੇਰਾ ਤਾਂ ਇੱਥੇ ਘਰ ਆ। ਉਹਨੇ ਬਸ ਇੰਨੀ ਗੱਲ ਹੀ ਕਹੀ ਮੇਰੇ ਹਸਬੈਂਡ ਨੇ, ਅਤੇ ਬਸ ਉਹਨਾਂ ਨੇ ਇਹਨਾਂ ਨੇ ਨਾ ਬਾਅਦ 'ਚ ਉਹਨੇ ਨਾਲ ਹੀ ਕਹਿੰਦਾ ਤੂੰ ਬਦਮਾਸ਼ ਬਣਿਆ, ਫਿਰ ਤਾਂ ਮੇਰੇ ਹਸਬੈਂਡ ਨੂੰ ਕਹਿੰਦਾ ਨਾਲ ਹੀ ਉਹਨੇ ਕਿੱਚ ਕੱਢ ਲਈ, ਕਿੱਚ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ, ਇਹ ਕਿੱਥੇ ਮਾਰੀ, ਇਹ ਕਿੱਥੇ ਮਾਰੀ, ਕਿੱਧਰ ਮਾਰੀ, ਕਿੱਧਰ ਮਾਰੀ, ਉਹਨੇ ਮਾਰ ਮਾਰ ਕੇ ਨਾ ਆਪਣੇ ਵੱਲੋਂ ਕਿਉਂ ਮਾਰਨਾ ਚਾਹੁੰਦਾ ਸੀ ਬਿਲਕੁਲ ਕਿ ਮਰ ਜਾਏ। ਉਹ ਤਾਂ ਇੱਕ ਮੁੰਡਾ ਹੀ ਆਇਆ, ਉਹਦੇ ਉੱਤੇ ਲੰਮੇ ਪੈ ਗਿਆ ਅਤੇ ਇੰਨੇ ਦੇ ਢਿੱਡ 'ਚ ਕਿੱਚ ਮਾਰ ਦੇ। ਕੀ ਚਾਹੁੰਦੇ ਕਿ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਿੱਦਾਂ? ਸਜ਼ਾ ਤੋਂ ਸਜ਼ਾ ਸਜ਼ਾ ਮਿਲਣੀ ਚਾਹੀਦੀ ਹੈ, ਉਹਦੇ ਕੁਛ ਰਹਿਣਾ ਹੀ ਨਹੀਂ ਚਾਹੀਦਾ ਉਹਦੇ ਵਾਸਤੇ। ਜਿਸ ਤਰ੍ਹਾਂ ਮੇਰੇ ਹਸਬੈਂਡ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਬਸ ਖਤਮ ਕਰ ਦਿਓ ਪ੍ਰਸ਼ਾਸਨ ਨੂੰ। ਕੀ ਮੰਗ ਕਰਦੇ ਹੋ? ਮੈਂ ਦੇਖੋ ਬੱਚੇ ਦੇ ਵੀ ਕੱਪੜੇ ਲਿਬੜੇ ਦੇ, ਮੈਂ ਤਾਂ ਬੱਚਾ ਛੋਟਾ ਹੀ ਲੈ ਕੇ ਗਈ ਨਾਲ, ਮੇਰਾ ਬੱਚਾ ਚੱਲਦਾ ਨਹੀਂ, ਫਿਰਦਾ ਨਹੀਂ, ਕੁਛ ਨਹੀਂ। ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ? ਮੈਂ ਮੰਗ ਕਰਦੀ ਹਾਂ ਕਿ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉੱਥੇ ਉਹ ਹੀਰੋ ਵਾਂਡਾ ਲਾਉਣ ਰਿਹਾ ਸੀ ਬੂਹੇ 'ਚ, ਤਾਂ ਮੈਂ ਕਿਹਾ ਵੀ ਹੀਰੋ ਵਾਂਡਾ ਥੋੜ੍ਹੇ ਕੁ ਅੱਗੇ ਗੱਲ ਆ, ਉਹਨੇ ਮੈਨੂੰ ਥੜੀ ਖਿੱਚ ਕੇ ਨਾ ਤਾਂ ਥੜੀ ਤੋਂ ਥੱਲੇ ਲਿਆਂਦਾ, ਥੱਪੜ ਮਾਰ ਦਿੱਤਾ ਮੇਰੇ ਨਾਲੇ ਪੁੱਤ, ਮੈਨੂੰ ਬੜਾ ਕੁਛ ਬੋਲਿਆ ਗੰਦ ਨੇ। ਮੈਂ ਉਤਰਾ ਨੂੰ ਮੇਰੀ ਇਹ ਛਾਲੀ ਆਉਣ ਡਿਆ ਸੀ, ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਸ ਤਰ੍ਹਾਂ ਕਹਿੰਦਾ, ਉਹ ਹੈ ਉਹਦੀ, ਇਹਦੇ ਨਾਲ ਉਹਨੇ ਕਿਰਚਾਂ ਮਾਰ ਦਿੱਤੀਆਂ। ਮੈਂ ਤਾਂ ਉੱਥੇ ਹੀ ਟਿਕ ਗਈ, ਮੇਰਾ ਪੁੱਤ ਮਾਰ ਕੇ ਸੁੱਟ ਗਿਆ। ਤੁਸੀਂ ਮੇਰੀ ਗੱਲ ਸੁਣੋ, ਮੇਰਾ ਪੁੱਤਰਾ ਵਰਗਾ ਟੁੱਕ ਕੇ ਮੇਰੇ ਸਾਹਮਣੇ ਮਰੂ ਲੈਣੇ ਸੀ ਨਾ ਕਰਾ, ਕਿਉਂ ਗਰੀਬ ਬੰਦਾ ਮਾਰਿਆ, ਕਿਉਂ ਸਿਰ ਤੇ ਹੈ ਨੀ ਸਾਮਾ ਬਾਦ ਉਹਦਾ। ਇਹ ਬਹੁਤ ਮੇਰੇ ਸਾਹਮਣੇ ਮਾਰਨਾ ਨੂੰ, ਮੈਂ ਮਰ ਜਾਵਾਂ ਤਾਂ ਮੈਂ ਤਾਂ ਮੇਰੇ ਗੁੰਡਾ ਕੁਛ ਬਗਾਨੇ ਨੂੰ ਹੋਏ, ਉਹਦਾ ਪਿਓ ਸਿਰ ਤੇ ਨੀ ਮਾਰ ਕੁਛ। ਮੈਂ ਮੈਡੀਕਲ ਅਫਸਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਬੋਲ ਰਿਹਾ। ਸਾਡੇ ਕੋਲ ਸ਼ਾਮੀ 6:30 ਇੱਕ ਮਰੀਜ਼ ਅਰੁਣ ਕੁਮਾਰ ਸਨ ਆਫ ਰਕੇਸ਼ ਕੁਮਾਰ ਇਸਲਾਮਾਬਾਦ ਮਹੱਲੇ ਤੋਂ ਆਇਆ ਸੀਗਾ। ਇਹਦੇ ਪੇਟ 'ਤੇ ਕੁਛ ਕੱਟ ਲੱਗੇ ਹੋਏ ਹਨ, ਜਿਹਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ। ਬਾਕੀ ਪੇਸ਼ੈਂਟ ਸਟੇਬਲ ਹੈਗਾ ਸੀ। ਕੱਟ 5 ਕੱਟ ਲੱਗੇ ਨੇ, ਕੱਟ ਮੋਸਟਲੀ ਸੁਪਰਫੀਸ਼ੀਅਲ ਨੇ, ਕੋਈ ਡੀਪ ਕੱਟ ਨਹੀਂ ਹੈਗਾ। ਪੇਸ਼ੈਂਟ ਸਟੇਬਲ ਹੈ ਜੀ। ਹਾਂ, ਟ੍ਰੀਟਮੈਂਟ ਚੱਲ ਰਿਹਾ, ਪੇਸ਼ੈਂਟ ਪੂਰਾ ਓਰੀਐਂਟਿਡ ਨਹੀਂ ਹੈਗਾ, ਸ਼ਾਇਦ ਉਹਨੇ ਕੁਛ ਖਾਧਾ ਪੀਤਾ। ਮੈਂ ਜੋ ਫੋਨ ਕੀਤਾ ਸਾਈਕਲ ਨੂੰ ਆਏ